ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀਆਂ ਅੱਜ ਦੀ ਵੱਡੀ ਖਬਰ ਪੰਜਾਬ ਚ ਮੌਸਮ ਰਹੇਗਾ ਖੁਸ਼ਕ ਤਾਪਮਨ ਚ ਵਧੇਗੀ 52 26 ਅਗਸਤ ਤੋਂ ਮੌੜਸ ਗਰਮ ਹੋਵੇਗੀ ਮੌਨਸੂਨ ਪੰਜਾਬ ਵਿੱਚ ਮੌਨਸੂਨ ਦੀ ਰਫਤਾਰ ਇੱਕ ਵਾਰ ਫੇਰ ਮੱਠੀ ਬਹਿ ਗਈ ਹੈ ਪੰਜਾਬ ਵਿੱਚ 25 ਅਗਸਤ ਤੱਕ ਮੀਂਹ ਦੀ ਸਭਾਵਨਾ ਬਹੁਤ ਘੱਟ ਹੈ ਜਿਸ ਦੌਰਾਨ ਸਿਰਫ ਘੱਟ ਹੀ ਮੀ ਪਵੇਗਾ 26 ਅਗਸਤ ਤੋਂ ਮੌਨਸੂਨ ਦੇ ਸੇਗਰਭ ਹੋਣ ਦੀ ਸਭਾਵਨਾ ਹੈ ਪਰ ਮੌਸਮ ਵਿਭਾਗ ਨੇ ਇਸ ਸਬੰਧਿਤ ਅਜੇ ਤੱਕ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਹੈ ਇਸ ਵੇਰੇ ਪੰਜਾਬ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਖਬਰ ਹੈ ਕਰੀਬ ਅੱਧਾ ਘੰਟਾ ਚੱਲੀ ਬਰਸਾਤ ਕਾਰਨ ਪਟਿਆਲਾ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਵੀਰਵਾਰ ਨੂੰ ਪੰਜਾਬ ਦੇ ਫਤਿਹਗੜ੍ਹ ਸਾਹਿਬ ਅਤੇ ਫਿਰੋਜ਼ਪੁਰ ਵਿੱਚ 0.5 ਮਿਲੀਮੀਟਰ بارش ਦਰਜ ਕੀਤੀ ਗਈ ਹੈ ਲੁਧਿਆਣਾ ਵਿੱਚ 2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ ਵੱਧ ਤੋਂ ਵੱਧ ਤਾਪਮਨ ਵਿੱਚ 0.7 ਡਿਗਰੀ ਦਾ ਆਪਵਾਦ ਦਾ ਦਰਜ ਕੀਤਾ ਗਿਆ ਹੈ ਵੀਰਵਾਰ ਨੂੰ ਲੁਧਿਆਣਾ ਤੇ ਸਮਰਾਲਾ ਵਿੱਚ ਤਾਪਮਨ 37.4 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਸ਼ੁੱਕਰਵਾਰ ਸਵੇਰ ਚਾਰਜੇ ਲਿਆ ਲੁਧਿਆਣਾ ਪਟਿਆਲਾ ਸੰਗਰੂਰ ਅਤੇ ਬਰਨਾਲਾ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਪਰ ਪਟਿਆਲੇ ਵਿੱਚ ਮੀਂਹ ਪਿਆ ਬਾਕੀ ਤਿੰਨ ਖੇਤਾਂ ਵਿੱਚ ਮੌਸਮ ਸਾਫ਼ ਰਹੇਗਾ ਅਤੇ ਅਗਸਤ ਅਲਰਟ ਰਹੇਗਾ ਇਹ ਅਲਰਟ ਸਵੇਰੇ 5:00 ਤੋਂ 7:30 ਵਜੇ ਤੱਕ ਰਹੇਗਾ ਫਿਲਹਾਲ ਮੌਸਮ ਵਿਭਾਗ ਵੱਲੋਂ ਅੱਜ ਲਈ بارش ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ